ਹੈਰਾਨ ਕਿ ਮੌਲਵੀ ਨੇ ਯਾਰ ਨਵੀਆਂ ਗੱਲਾਂ ਕਹੀਆਂ। ਫਿਰ ਅਖੀਰ ਕਹਿਣਗੇ ਤੁਸੀਂ ਰੱਬੇ ਜਾਓਗੇ ਹੱਥ ਖੜੇ ਕਰਕੇ, ਜੇ ਰੱਬੇ ਚਲੋਗੇ। ਮੈਂ ਕਿਹਾ ਚਲੋ ਉੱਥੇ ਵੀ ਲੈ ਦਿਓ ਵਕਤ। ਉੱਥੇ ਮੁਬਸ਼ਰ ਅਹਿਮਦ ਕਾੜੂਆਂ ਜਿਹੜਾ ਇੰਚਾਰਜ ਹੈ ਪੂਰੇ ਪਾਕਿਸਤਾਨ, ਇਹ ਨਾਲ ਹੀ ਪਿੰਡ ਹੈ ਸਾਂਗੜੇ ਤੋਂ ਜੱਟ, ਉਹ ਦਫ਼ਤਰ ਹੁੰਦਾ, ਕਿਤਾਬਾਂ ਲੱਗੀਆਂ ਸਭ ਦੀਆਂ ਸਵਾਲਾਂ ਦੇ ਜਵਾਬ ਦਾ, ਉਹਦੇ ਨਾਲ ਵਕਤ ਲੈ ਲਿਆ ਚਲੇ ਗਿਆ। ਮਿਰਜ਼ਈ ਵੀ ਗਿਆ ਸੀ, ਮੁਸਲਮਾਨ ਵੀ ਗਿਆ। ਜ਼ੋਰ ਤੋਂ ਬਾਅਦ ਨਾ ਇੱਕ ਲੰਬਾ ਦਾਲਾਨ ਸੀ, ਉੱਥੇ ਫਿਰ ਚਾਰ ਪਾਈਆਂ 'ਤੇ ਬਹਿ ਗਿਆ, ਗੱਲ ਸ਼ੁਰੂ ਹੋਈ। ਉੱਥੇ ਮੈਂ ਹੋਰ ਪੁਆਇੰਟ ਉਠਾਇਆ, ਮਖਮੂ ਬਸ਼ਰ ਸਾਹਿਬ ਗੱਲ ਇਹ ਹੈ ਵੀ ਇਮਾਮ ਹੋਣਾ ਨਬੀ ਹੋਣਾ ਬਹੁਤ ਉੱਚੀ ਗੱਲ, ਆਦਮੀ ਨੂੰ ਸੱਚਾ ਤਾਂ ਹੋਣਾ ਚਾਹੀਦਾ। ਮਿਰਜ਼ਾ ਸਾਹਿਬ ਵੀ ਮੰਨਦੇ ਆ, ਦੀਨ ਵੀ ਮੰਨਦਾ ਕਿ ਝੂਠੇ 'ਤੇ ਲਾਹਣ 'ਚ। ਇਹਨਾਂ ਨੇ ਕਿਉਂ ਆਪਣੀ ਕਿਤਾਬ ਉਲਬੜੀਆ 'ਚ ਲਿਖਿਆ ਕਿ ਈਸਾ ਅਲੈਹਿ ਸਲਾਮ ਨੂੰ ਮੁਰਦਾ ਮੈਂ ਨਹੀਂ ਸਿਰਫ ਆਉਂਦਾ, ਐਡੇ ਇਮਾਮ ਸੀ ਇਬਨੇ ਕਈਮ ਇਬਨੇ ਤੈਮੀਆ ਮੁਹੱਦਸ ਸੁਫੀ ਮੁਹੱਸਰ, ਉਹ ਵੀ ਕਹਿੰਦੇ ਕਿ ਈਸਾ ਅਲੈਹਿ ਸਲਾਮ ਮਰ ਗਿਆ। ਮੈਂ ਤੇਰੇ ਖਲੀਫੇ ਨੂੰ ਵੀ ਲਿਖਿਆ, ਅਜ਼ੀਜ਼ ਅਹਿਮਦ ਮਿਰਜ਼ਈ ਨੇ ਮੇਰੇ ਕਿਹਾ ਤੇ 14 ਰੁਪਏ ਦਾ ਟਿਕਟ ਲਾ ਕੇ, ਜਵਾਬ ਉਹਦਾ ਵੀ ਨਹੀਂ ਆਇਆ। ਉਹਨੂੰ ਲਿਖਿਆ ਸੀ ਵੀ ਤੂੰ ਇਹ ਹਵਾਲਾ ਦੇ ਜਾਂ ਰੱਬੇ ਲਿਖ, ਅਤੇ ਤੁਹਾਨੂੰ ਵੀ ਹੁਣ ਮੈਂ ਆਉਣਾ ਵੀ ਆਪਣੀ ਸਾਰੀ ਟੀਮ ਲਾ ਕੇ ਲੱਭ ਦਿਓ ਮੇਰਾ ਦੋਵਾਂ ਮਾਮਾ ਨੇ ਕਿਤੇ ਲਿਖਿਆ, ਜਾਂ ਮੈਂ ਵਿਖਾਊਂਗਾ ਕਿ ਉਹਨਾਂ ਨੇ ਜਗ੍ਹਾ ਜਗ੍ਹਾ 'ਤੇ ਕਿਹਾ ਕਿ ਈਸਾ ਅਲੈਹਿ ਸਲਾਮ ਆਪਣੇ ਇਸ ਜਿਸਮ ਨਾਲ ਅਸਮਾਨ 'ਤੇ ਉਠਾਇਆ ਗਿਆ, ਜ਼ਿੰਦਾ ਆਉਣਾ ਏਡਾ ਵੱਡਾ ਝੂਠ, ਦੋ ਨੇਕ ਇਮਾਮਾਂ ਦਾ ਨਾਂ ਉਹਨੇ ਗਲਤ ਇਸਤੇਮਾਲ ਕੀਤਾ, ਯਕੀਨ ਜਾਣੋ ਇਸ ਤਰ੍ਹਾਂ ਡਿੱਗ ਗਿਆ। 5 ਮਿੰਟ ਤੋਂ ਬਾਅਦ ਉੱਠਿਆ, ਕਹਿਣ ਲੱਗਾ ਮੈਂ ਤਾਂ ਸ਼ੈਖਾਨ ਦੀਆਂ ਕਿਤਾਬਾਂ ਹੀ ਨਹੀਂ ਪੜ੍ਹੀ, ਮੈਂ ਇਬਨੇ ਤੈਮੀਆ ਇਬਨੇ ਕਈਮ ਦੀ ਕੋਈ ਕਿਤਾਬ ਨਹੀਂ ਪੜ੍ਹੀ। ਮਗਰ ਤੁਹਾਡੇ ਕੋਲ ਵਕਤ ਆ, ਲਾਇਬ੍ਰੇਰੀ ਹੈ, ਇਹ ਟੀਮ ਆ, ਇਹ ਲੱਭ ਲਗਾਓ ਗਿਆ ਨਾ ਜਿਸ ਦਿਨ, ਉਸ ਦਿਨ ਮੈਨੂੰ ਸੁਣਿਆ ਮਸ਼ਰ ਸਾਹਿਬ ਕਰ ਦਿਓ ਹੈ, ਅਤੇ ਮੈਂ ਆ ਕੇ ਵੇਖ ਲਊਂਗਾ। ਤਾਂ ਨਹੀਂ ਤਾਂ ਐਸੇ ਬੰਦੇ ਦੇ ਮਗਰ ਲੱਗੇ ਜਿਹੜਾ ਇੰਨਾ ਸਾਫ਼ ਚਿੱਟਾ ਝੂਠ ਬੋਲੋ। ਲਓ ਅੱਜ ਤੱਕ ਕਿਸੇ ਜਵਾਬ ਨਹੀਂ ਦਿੱਤਾ। ਬਾਅਦ 'ਚੋਂ ਲੜਕੇ ਗਏ ਅਰਸ਼ਦ ਹੋਣੀ, ਉਹਨਾਂ ਆਖਿਆ ਮਸ਼ਰ ਸਾਹਿਬ ਹਵਾਲਾ, ਉਹ ਕਹਿਣ ਗਾ ਯਾਰ ਉਸ ਬਾਬੇ ਨੂੰ ਉਡਾ ਲਓ, ਉਹਨੂੰ ਨਾ ਲਿਆ ਹੋਰ ਜਿਹੜਾ ਮਰਜ਼ੀ ਮੈਂ ਉਹਦੀ ਲਿਆ, ਮੇਰਾ ਹੈ ਕਹਿਤਾ ਵੀ ਉਸ ਬਾਬੇ ਨੂੰ ਝੂਠੇ ਇਕੱਠੇ ਹੋਏ ਆ। ਇਸ ਤੋਂ ਬਿਲਕੁਲ ਤਿਆਰ ਰਹੋ, ਜਿਸ ਤਰ੍ਹਾਂ ਮੁਸੱਲਾ ਹੁੰਦੀ ਨਾ ਫੌਜ, ਇਲਮ ਹਾਸਲ ਕਰੋ ਆਪਣਾ ਹਰ ਜਗ੍ਹਾ ਤੁਹਾਡੀ ਤਿਆਰੀ। ਚਲੋ ਬਰੀਕ ਗੱਲਾਂ 'ਚ ਕੋਈ ਆਲਮ ਇਹਨਾਂ 'ਤੇ ਜਾਣੋ ਕਿ ਕੋਈ ਬੇਈਮਾਨ ਹਮਲਾ ਕਰੇ ਤੁਸੀਂ ਉਹਦਾ ਦਿਫਾ ਕਰ ਸਕੋ, ਵੀ ਸਿੱਖੋ ਕਿ ਕੋਈ ਨਾ ਕਿਤੇ ਈਸਾਈ ਕਾਬੂ ਕਰ ਲਊਗਾ, ਕਿਤੇ ਹਿੰਦੂ ਫੜ ਬਹੂਗਾ,